ਤਾਈ ਤੁਹਾਡਾ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਤੋਂ। ਅੱਜ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਸਾਬਕਾ ਸੈਨਿਕਾਂ ਦੇ ਸਹਿਯੋਗ ਦੇ ਨਾਲ ਜੋ ਮੇਨ ਬੱਸ ਸਟੈਂਡ ਹੈ ਨਰੂਆਣਾ ਪਿੰਡ ਦਾ ਉਹਦੇ ਵਿੱਚ ਸ਼ਹੀਦ ਕਰਮ ਸਿੰਘ ਦਾ ਮੇਰੇ ਬਿਲਕੁਲ ਬੈਕ ਸਾਈਡ ਤੇ ਦਿਖਾ ਰਹੇ ਹੈਗੇ ਆ ਇਹ ਬੁੱਤ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਜਾ ਰਿਹਾ। ਤਾਂ ਸਮੁੰਦਰੀ ਸੈਨਾ ਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਪਹਿਲਾ ਖਿਤਾਬ ਜਿਹੜਾ ਹੈਗਾ ਸ਼ਹੀਦ ਹੋਣ ਦਾ ਸਰਦਾਰ ਕਰਮ ਸਿੰਘ ਨੂੰ ਸ਼ਹੀਦ ਕਰਮ ਸਿੰਘ ਨੂੰ ਜਿਹੜਾ ਹੈਗਾ ਪ੍ਰਾਪਤ ਹੋਇਆ। ਤਾਂ ਅੱਜ ਸਮੂਹ ਨਗਰ ਨਿਵਾਸੀ ਆਸ ਪਾਸ ਇਲਾਕੇ ਦੇ ਜਿਹੜੇ ਹੈਗੇ ਪਤਵੰਤੇ ਸੱਜਣ ਗ੍ਰਾਮ ਪੰਚਾਇਤ ਅਤੇ ਵੱਖ ਵੱਖ ਜਿਹੜੇ ਹੈਗੇ ਆ ਉਹ ਮਹਿਕਮਿਆਂ ਤੋਂ ਇੱਥੇ ਔਫੀਸਰ ਸਾਹਿਬਾਨ ਪਹੁੰਚੇ ਹੈਗੇ ਆ। ਤਾਂ ਅਸੀਂ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਹਾਂ ਇਹ ਸ਼ਹੀਦ ਕਰਮ ਸਿੰਘ ਸਮੁੰਦਰੀ ਸੈਨਾ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਜੋ ਅੱਜ ਬੁੱਤ ਇੱਥੇ ਸਥਾਪਿਤ ਕੀਤਾ ਜਾ ਰਿਹਾ ਹੈਗਾ ਉਸ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਆ। ਤਾਂ ਕੁਛ ਟਾਈਮ ਬਾਅਦ ਇੱਥੋਂ ਜਿਹੜੀ ਹੈਗੀ ਆ ਉਹ ਪਰਦਾ ਹਟਾਉਣ ਦੀ ਜਿਹੜੀ ਰਸਮ ਹੈਗੀ ਆ ਉਹ ਕੀਤੀ ਜਾਣੀ ਹੈਗੀ ਆ। ਪੂਰਾ ਪਰਿਵਾਰ ਜਿਹੜਾ ਹੈਗਾ ਉਹ ਮੌਜੂਦ ਹੈਗਾ ਪਤਵੰਤੇ ਸੱਜਣ ਮੌਜੂਦ ਹੈਗੇ ਆ। ਔਰ ਏ ਮੇਰੇ ਵਤਨ ਕੇ ਲੋਗੋ ਜਰਾ ਆਖ ਮੇ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ। ਜੋ ਮਰ ਕਰ ਵੀ ਨਹੀਂ ਮਰਤੇ ਵੋ ਸ਼ਹੀਦ ਹੋਤੇ ਹੈ। ਸਾਡੇ ਨਗਰ ਨਰੂਆਣਾ ਦੇ ਮਾਣ ਆਨ ਸ਼ਾਨ ਅਤੇ ਬਾਣ ਸ਼ਹੀਦ ਕਰਮ ਸਿੰਘ ਜੀ ਨਰੂਆਣਾ ਜੋ ਸਮੁੰਦਰੀ ਸੈਨਾ ਵਿੱਚ ਡਿਊਟੀ ਕਰਦਿਆਂ 1971 ਦੀ ਜੰਗ ਦੇ ਵਿੱਚ ਸ਼ਹੀਦੀ ਪਾ ਗਏ। ਸੋ ਉਹਨਾਂ ਦੀ ਸ਼ਹੀਦੀ ਨੂੰ ਅਮਰ ਰੱਖਣ ਦੇ ਲਈ ਨਗਰ ਪੰਚਾਇਤ ਨਰੂਆਣਾ ਸਰਪੰਚ ਸਰਦਾਰ ਤੇਜਾ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਸ਼ਹੀਦ ਕਰਮ ਸਿੰਘ ਜੀ ਦੇ ਪਰਿਵਾਰਕ ਰਿਸ਼ਤੇਦਾਰ ਮੈਂਬਰ ਸਮੂਹ ਨਗਰ ਦੇ ਨਗਰ ਨਿਵਾਸੀ ਅਤੇ ਸਾਬਕਾ ਸੈਨਿਕਾਂ ਦੇ ਉਪਰਾਲੇ ਦੇ ਨਾਲ ਔਰ ਨਾਲ ਹੀ ਵੈਟਰਨ ਐਸੋਸੀਏਸ਼ਨ ਨੇਵੀ ਦੀ ਔਰ ਸੈਨਿਕ ਏਕਤਾ ਵੈਲਫੇਅਰ ਸੁਸਾਇਟੀ ਇਹਨਾਂ ਸਭ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਸਮਾਗਮ ਸ਼ਹੀਦ ਕਰਮ ਸਿੰਘ ਜੀ ਦੇ ਯਾਦਗਾਰੀ ਬੁੱਤ ਤੋਂ ਪਰਦਾ ਹਟਾਉਣ ਦਾ ਜਿਹੜਾ ਇੱਥੇ ਰੱਖਿਆ ਗਿਆ। ਸੋ ਜੋ ਵੀ ਇੱਥੇ ਆਪ ਸੱਜਣ ਮਿੱਤਰ ਪਹੁੰਚੇ ਹੋ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਪਿੰਡ ਦੇ ਬਜ਼ੁਰਗ ਮਾਵਾਂ ਬੱਚੇ ਸਾਰਿਆਂ ਨੂੰ ਇੱਥੇ ਅੱਜ ਦੇ ਇਸ ਯਾਦਗਾਰੀ ਸਵਾਗਤ ਵਿੱਚ ਪਹੁੰਚਣ 'ਤੇ ਜੀ ਆਇਆਂ ਆਖਿਆ ਜਾਂਦਾ। ਸੋ ਜੋ ਪ੍ਰੋਗਰਾਮ ਹੋਣ ਵਾਲਾ ਮੈਂ 2 ਮਿੰਟ ਵਾਸਤੇ ਉਹਦੇ ਬਾਰੇ ਤੁਹਾਨੂੰ ਦੱਸ ਦੇਵਾਂ। ਸਭ ਤੋਂ ਪਹਿਲਾਂ ਆਪਾਂ ਜਿਹੜਾ ਰਾਸ਼ਟਰੀ ਝੰਡਾ ਉਹ ਲਹਿਰਾਵਾਂਗੇ, ਜਨ ਗਣ ਮਨ ਗੀਤ ਹੋਏਗਾ। ਸੋ ਸਾਰਿਆਂ ਨੇ ਸਨਮਾਨ ਸਹਿਤ ਉਹ ਝੰਡੇ ਦਾ ਆਦਰ ਸਤਿਕਾਰ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਸ਼ਹੀਦ ਕਰਮ ਸਿੰਘ ਜੀ ਦੇ ਬੁੱਤ ਤੋਂ ਜਿਹੜਾ ਪਰਦਾ ਹਟਾਇਆ ਜਾਏਗਾ। ਇਸ ਲਈ ਕਿ ਹੋ ਜਾਓ ਤਿਆਰ। Yeah.
इधर देखो सर थोड़ा जा इधर बोले सोनेहा बोले सोनेहा उन्होंने बुत पड़दा हटाने की एक री शेप बना के खड़े हो जाओ ताकि सामने जरा सारा कुछ दिखाई दे सारे सज्जन कुछ खब्बे पास मेरा नाम संतोख सिंह है जी मैं पिंड महराज मेरा पिछड़ा पर हूँ इस वे बठिंडे रह रहे सर अज नरुआना पिंड शहीद करम सिंह का बुत जोड़ा है स्थापित किया जा रहा है की कहना चाहोगे जी दो जानकारी करम सिंह शहीद बारे एक्चुअली साडा पहला तो बहुत साथ रहा है तो जदों असी भर्ती हुए फिरोजपुर तो असी दोनों कट्ठे भर्ती हुए थे भर्ती होने तो बाद बठिंडे भी असी कट्ठे भर्ती हो के बंबे गए हैं तो साढ़े नंबर भी अगे पिछे असी भर्ती होने तो वे तो समझ लो भी असी कट्ठिया ने सफ़र किया कट्ठे जाके भर्ती होए कट्ठे लाइन च लगे तो गाह भर्ती हो के दोनों ब्रांच अलग अलग मिल गई ब्रांच मिल गई मैं स्टोर ब्रांच ले ली इन्हों ने राइट स्टोर ले ली उस तो बाद तकरीबन असी ट्रेनिंग भी 9 महीने असी कट्ठे अपने यूनिट है बंबे दे आयन समला उत्थे असी ट्रेनिंग की कट्ठिया ने ट्रेनिंग करके कट्ठे असी ट्रेनिंग की 9 महीने तो बाद दे विच समझ लो भी साडा पासिंग आउट हो गया 9 महीने बाद ये अड्डो अड्ड अलग अलग यूनिट चले गए मेरी बदली विशाखापट्टनम की आ गई इन्हां दी बदली समझ लो भी उत्थे एक बैटरी होंगी बैटरी है मिडल ग्राउंड बैटरी इन्हों की उत्थे ट्रांसफर हो गई सी तो समझ लो भी मैं विशाखापट्टनम चले गया उस तो बाद साडा बस काफ़ी प्रेम रहा आपस में असं मिलते जुलते भी रहे सर अब 52 साल हो चुके हैं शहीद करम सिंह हाँ जी अज भी वो यादा जुड़िया हो जी उन्होंने नाल बिताए है क्यों नहीं बहुत बहुत यादा है और उस तो बाद भी असी तकरीबन ला लो भी साढ़े पिंड भी एक दो बारी घर भी आया मैं भी इन्हों के घर आता रहा उस तो 2-3 साल बाद फिर दोबारा कट्ठे बंबे कट्ठे हो गए असी एको मकान के बच्चे रहे भी हैं एको मकान 2 महीने असी एको मकान के बच्चे रहे हैं तो इन्हों का ब्याह हो चुका सीगा फिर मैं ब्याह कराऊँ चले गया ब्याह कराऊँ तो बाद मैं भी फैमिली लेके आ गया असी एको मकान के बच्चे तकरीबन रहे 2-3 महीने उस तो बाद मकाना की प्रॉब्लम जी करके मैं कितने होर शिफ्ट कर गया तो मतलब कि तकरीबन 1.5 साल असं बंबे कट्ठे रहे हैं तो अलग अलग मकाना के बच्चे उस तो बाद फिर मेरी फिर विशाखापट्टनम की बदली आ गई इन्हों की मेरा ख्याल उतों कुकरी वगैरह की बदली आ गई सी कुकरी की बदली आने तो बाद ला लो भी 3 दिसंबर जो अटैक होया पाकिस्तान का 71 के तो उदों मैं विशाखापट्टनम से कुकरी दे तो समझ लो भी वो दिन बड़ा काला दिन सीगा जिस दिन असी खबर सुनते होंगे सके जो कुकरी मतलब साडा वैस्ट हो गया तो बड़ा दुख वाली गल सी बहुत मंदभागा दिन सीगा वो 9 दिसंबर एक्चुअली अटैक के इन्ना जहाज सीगा एंस कुकरी वो समझ लो पानी डुब गया उन्होंने कमांडर सीगा सीओ कमांडिंग अफसर मुला सीगा तो मुला भी समझ लो भी जहाज के नाल ही चले ਮਲਕੀਤ ਕੌਰ ਨਰੂਆਣੇ ਜੀ ਔਰ ਸ਼ਹੀਦ ਕਰਮ ਸਿੰਘ ਦੇ ਨਾਲ ਕੀ ਸੰਬੰਧ ਹੈ ਛੋਟੀ ਭੈਣ ਆ ਵੀ ਦੇ ਉਹਦੀ ਔਰ ਤੁਸੀਂ ਛੋਟੇ ਭੈਣ ਭਰਾ ਜਿਹੜੇ ਹੈਗੇ ਆ ਕਰਮ ਸਿੰਘ ਦੇ ਨਾਲ ਇਕੱਠੇ ਖੇਡੇ ਵੀ ਹੋ ਔਰ ਜੀਵਨ ਬਿਤਾਇਆ ਹੈ ਉਹਨਾਂ ਦੇ ਬਾਰੇ ਦਿਓ ਜੀ ਜਾਣਕਾਰੀ ਉਹ ਕਿਸ ਤਰ੍ਹਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਉਹਨਾਂ ਦੇ ਨਾਲ ਅਸੀਂ ਬਹੁਤ ਛੋਟੇ ਸੀ ਵੀਰੇ ਉਹਦੇ ਸਾਨੂੰ ਬਹੁਤ ਪਿਆਰ ਕਰਦੇ ਸੀ ਅਸੀਂ ਸਟੇਸ਼ਨ 'ਤੇ ਉਹਨਾਂ ਨੂੰ ਲੈਣ ਜਾਣਾ ਜਦੋਂ ਤਾਂ ਸਟੇਸ਼ਨ 'ਤੇ ਚੱਕ ਕੇ ਘਰ ਲੈ ਕੇ ਆਉਂਦੇ ਮੈਨੂੰ ਨਾਲ
खेत लेके जाना तां भी नाल, मतलब कि हर एक नाल प्यार नाल रहना, वड्डियां दा सत्कार करना। मेरे बाबा जी सीगे ते जिउंदे, उहनां नूं बहुत सेवा करदे सी, उहनां दी गर्म रोटी देनी उहनां नूं, कहिंदे बाबा जी दी सेवा दे नाल मैं इत्थों तक पहुँचा। तुसीं भी बाबा जी दी सेवा करिया करो, तुहानूं भी सीसां लगणगियां। पूरे इलाके दे विच बड़ा यह माण हुंदा है जदों जिथों दे शहीद जिहड़े हैगे आ उह जान पैंदे शहीदी दा। पहलां स्कूल दा नाम शहीद करम सिंह दे नाम ते है, जो सड़क बनी हैगी उह वी शहीद करम सिंह दे नाम ते है। अज बुत स्थापित किया गया बस स्टैंड ते, किस तरह का माण महसूस हो रहा, क्योंकि उन्हां दी कुरबानी करके। आम की हुंदा हैगा, दो चार साल बाद बंदे भुल जाते हैं भी फलाना जिउंदा सी जां फलाना मर गया सी। अज लगभग 50 साल 55 साल हो गए है, अज भी वह दिलों के जोड़े वसते हैं, किस तरह का महसूस हो रहा? सानू बहुत माण महसूस हो रहा जी, कि मैं शहीद की भैन हाँ। तो दूजी गल है, जो 71 की जंग लगी है तो जाने वेले मेरी भरजाई नूं बोलते हैं, कहते हुण तक असी हराम दियां खादियां, हुण असी सरकार नूं हक देवांगे शहीदी दे के देश लई। ते इह बुत स्थापित होण नाल इलाके दे होर बच्चे भी प्रेरित हो के फौज विच जाणगे अते अपने देश की सेवा करनगे। सानूं बहुत माण है, साडे माँ प्यो भी जिंदा उहदे नाल, असी भी जिंदा उहदे नाल सारी, ते बहुत माण है सानूं वी इक मतलब कि सारी मिन्नत लगदा सारे इंडिया च भी किसी नेवी दे फौजी का बुत किते नहीं स्थापित, जिवें कि इत्थे स्थापित है। असी पंचायत दे सारे फौजी वीरां दे होर सब दे धन्नवादी हाँ। जसविंदर सिंह साडा भतीजा, बहुत बहुत मेहरबानी। ठीक है जी, स्वागत है जी तुहाडा। धन्नवाद जी। की शुभ नाम है जी तुहाडा? अमरदीप सिंह। केड़ी पोस्ट है सर? मैं SS मास्टर हाँ। सर अज नरुआणा पिंड दे विच जिहड़ा हैगा शहीद करम सिंह दा बुत स्थापित किया गया, हालांकि पहला ही स्कूल का जिहड़ा नाम है शहीद करम सिंह दे नाम ते है, किस तरह का जिहड़ा हैगा लग रहा है, किवें दा महसूस हो रहा है? इस तो बच्चों को बहुत ज़्यादा सेध मिलती है कि घट्टो घट शहीदों का माण तो सत्कार संसार विच किन्ना कीता जांदा है। बाकी भी लोग बहुत सर्विस करते हैं, जिहड़े आर्मी सर्विस करते हैं उन्हां दी वक्री ही जिंदगी हुंदी है, वो देश के प्रति समर्पित होंदे ने, इस करके ही उन्हां नूं शहीदों का माण तो सत्कार दिता जांदा है। तो ये चीज़ नूं देखते हुए मैनूं बहुत खुशी महसूस हो रही है। सर चाहे शहीद करम सिंह नूं बहुत साल हो गए शहीद होए नूं, 1971 की जंग दे विच शहीद होए सीगे, फिर भी अज उन्हां दी शहीदी जिहड़ी हैगी आ दिलां दे विच याद हैगी आ। जो नौजवान बाहर जा रहे हैगे आ अपना देश छड्ड के आइलैट्स करके जां किसी भी कारण करके, उन्हां नूं की अपील करोगे? उन्हां नूं यही अपील करांगे कि आप दे देश तो कोई देश चंगा नहीं हुंदा। तुसीं कदे बाहरले देश जाके भी देखो, अमेरिका वाले होर आए, वो आपदे देश नूं समर्पित होंगे, 100% समर्पित होंगे, चाहे कितने भी रहन, तो सानू भी आपके देश प्रति 100% समर्पित होना चाहिए, चाहे असं कित रहीए, कि रोज़गार करिए, कि मेहनत करिए, पर आपका देश आपका ही होंगे। सर एक जो थोड़े पिछे स्लोगन नज़र आ रहा है, क्विट ड्रग्स चूज़ लाइफ, नशे प्रति नौजवानों को संदेश देना चाहते? नशे प्रति मैं नौजवानों को यह सीध देना चाहना है कि नशा है तो अजकल का सब तो बड़ा नशा रोटी का है, जिहड़ा कि रोटी पूरी नहीं हो सकती, तो अपन दूजे नशियां तो गुरेज करना चाहिए, तो आपकी जिंदगी आपके शरीर को बचाने के लिए कला जो रोटी का नशा भी पूरा हो जाए तो बहुत ज़्यादा है। एक लास्ट सवाल सर, शहीद करम सिंह का जो परिवार है, पिछे बेटा है उन्होंने जसविंदर सिंह, स्कूल दे विच किस तरह की जी है थोड़ी सहायता कर रहे हैं या कोऑपरेट कर रहे हैं? स्कूल का नाँ जिहड़ा उन्होंने पिता जी के नाँ ते है, तो उन्हों का ही स्कूल है, तो वह हर स्कूल के कारोबार में कोई भी काम हो चढ़ चढ़ के आपका योगदान पाते हैं। बहुत बहुत धन्यवाद सर, तुम्हारी टीम में टाइम दिता जी, बहुत बहुत थैंक यू। थैंक यू सो मच सर। की शुभ नाम है? मेरा नाम सुरजीत सिंह थिंद, एक्स इंडियन नेवी, तो सरदार करम सिंह के नाल साढ़े बहुत मित्र वाले संबंध से, उत्थे नाल ही मेरा छिपाई INS त्रिशूल से, उन्होंने INS कुकरी, असी 6 दिसंबर बंबई तो चले हैं पाकिस्तान का, जो युद्ध शुरू हो गया सीगा, तो 9 दिसंबर उत्थे मिसाइल जी सोमबरन सी उन्हें अटैक करता, कराची वाली मिसाइल ने, तो असी कराची जाके अटैक किया, तो साडा INS कुकरी डुब गया, तो साढ़े 3 शिप दूसरे से फिर उन्हें तलाश करते हुए 3 दिन उत्थे लभते रहे, फिर वापस बंबे आए, बंबे आके असी फिर वो लिस्ट के हिसाब न जोड़े सेलर गुम हो गए, अफसर गुम हो गए, उन्होंने शहीद का दर्जा दिता गया, फिर उन्होंने एक बिल्डिंग बनाई बंबई के INS कुकरी के नाँ की, तो बिल्डिंग उन्होंने जोड़े शहीद हुए परिवार से उत्थे उन्होंने क्वार्टर दिए गए रहने वास्ते, तो उन्होंने सेवा संभाल की गई जी।
ਜਿਸ ਤਾਂ ਜਿਸ ਸਮੇਂ ਅਟੈਕ ਹੋਇਆ ਤੁਸੀਂ ਨਾਲ ਸੀਗੇ ਉਸ ਟਾਈਮ? ਹਾਂਜੀ ਮੈਂ ਨਾਲ ਸੀਗਾ। ਹੋਰ ਕਿੰਨੇ ਜਣੇ ਸੀਗੇ ਤੁਹਾਡੇ ਨਾਲ? ਮੇਰੇ ਨਾਲ ਅਸੀਂ ਚਾਰ ਸ਼ਿਪ ਸੀਗੇ, INS ਤਰਸ਼ੂਲ, INS ਤਲਵਾਰ ਅਤੇ INS ਦੀਪਕ ਅਤੇ INS ਕੁਕਰੀ। ਇੱਕ ਸ਼ਿਪ ਦੇ ਵਿੱਚ ਕਿੰਨੇ ਜਣੇ ਸੀਗੇ ਜੀ? ਉਹਦੇ 'ਚ 250 ਦੇ ਕਰੀਬ ਆਸ ਪਾਸ ਹੁੰਦੇ ਆ, ਕਿਸੇ 'ਚ ਘੱਟ ਵੀ ਹੁੰਦੇ, ਕਿਸੇ 'ਚ ਵੱਧ ਵੀ ਹੁੰਦੇ ਆ। ਅਤੇ ਉਹ ਉਹਨਾਂ 'ਚ ਸਮਰ ਨੇ ਉਹ ਕਰਿਆ ਅਤੇ ਸ਼ਿਪ ਡੁੱਬ ਗਿਆ ਸਾਡਾ, ਅਤੇ ਅਸੀਂ ਫਿਰ ਉਹਦੀ ਤਲਾਸ਼ ਕਰਕੇ ਫਿਰ ਬੰਬੇ ਵਾਪਸ ਆਏ। ਅੱਜ 55 ਸਾਲ ਹੋ ਚੁੱਕੇ ਆ ਜੀ ਸ਼ਹੀਦੀ ਨੂੰ। ਅੱਜ ਇਹ ਅੱਜ ਵੀ ਯਾਦ ਆਇਆ ਉਹ? ਹਾਂਜੀ ਅੱਜ ਉਹ ਯਾਦ ਵੀ ਸਾਨੂੰ ਆਉਂਦੀ ਆ। ਅੱਜ ਜਿਹੜੀ ਯਾਦ ਆਈ ਹੈ ਇੱਥੇ ਕਰਮ ਸਿੰਘ ਸ਼ਹੀਦ ਨੇਵੀ ਦੇ ਸ਼ਹੀਦ ਦੀ, ਇਹ ਪਹਿਲੀ ਯਾਦਗਾਰ ਬਣੀ ਆ। ਮੈਂ ਕਹਿੰਦਾ ਵੀ ਭਾਰਤ ਵਿੱਚ ਵੀ ਅਤੇ ਇੰਡੀਆ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਇਹ ਪਹਿਲੀ ਮਿਸਾਲ ਹੈ ਵੀ ਨੇਵੀ ਦੇ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੋਵੇ। ਮੈਂ ਇਸ ਦੀ ਗੱਲ ਦੀ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ, ਸਾਰੇ ਇਲਾਕੇ ਬਠਿੰਡੇ ਦੇ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਸ਼ਹੀਦ ਦੀ, ਸਰਦਾਰ ਕਰਮ ਸਿੰਘ ਦੀ ਯਾਦ ਦੇ ਵਿੱਚ ਬੁੱਤ ਲਾਇਆ। ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਇਹ ਪ੍ਰੇਰਨਾ ਦਿੰਦਾ ਰਹੇਗਾ। ਧੰਨਵਾਦ ਸਰ। ਕੀ ਸ਼ਰਨਾਵਲੀ? ਮੇਰਾ ਨਾਂ ਹੈ ਜੀ ਲੈਫਟੀਨੈਂਟ ਕਰਨਲ ਵਿਸ਼ਵਾਮਿਤਾ। ਮੈਂ ਬਠਿੰਡੇ ਤੋਂ ਹੀ ਰਿਟਾਇਰ ਹੋਇਆ ਅਤੇ ਇਸ ਪਿੰਡ ਦੇ ਨਾਲ ਜਿਹੜਾ ਮੇਰਾ ਸੰਬੰਧ ਹੈ ਉਹ ਸਰਦਾਰ ਤੇਜਾ ਸਿੰਘ ਦੀ ਵਜ੍ਹਾ ਨਾਲ ਹੀ ਹੈ, ਕਿਉਂਕਿ ਮੈਂ ਵੀ ਜਵਾਨ ਭਰਤੀ ਹੋਇਆ ਸੀ। ਜਦੋਂ ਮੈਂ ਜਵਾਨ ਭਰਤੀ ਹੋਇਆ ਸੀ ਤਾਂ ਇਹਨਾਂ ਦੀ ਸਰਵਿਸ ਤਕਰੀਬਨ 13-14 ਸਾਲ ਸੀ। ਇਹਨਾਂ ਨੇ ਆਪਦੀ ਸਰਵਿਸ ਦੇ ਦੌਰਾਨ ਪਿੰਡਾਂ ਦਾ ਹੋਣ ਦੀ ਵਜ੍ਹਾ ਨਾਲ ਸਾਨੂੰ ਕਾਫੀ ਗਾਈਡ ਕੀਤਾ, ਔਰ ਉਹਨਾਂ ਦੀ ਗਾਈਡੈਂਸ ਦੀ ਵਜ੍ਹਾ ਨਾਲ ਹੀ ਅਸੀਂ ਆਰਮੀ ਦੇ ਵਿੱਚ ਜਵਾਨ ਤੋਂ ਅਫਸਰ ਸਿਲੈਕਟ ਹੋਏ, ਔਰ ਉਦੋਂ ਬਾਅਦ ਵੀ ਸਾਡਾ ਆਪਸ ਦੇ ਵਿੱਚ ਕਾਫੀ ਭਰਾਵਾਂ ਵਾਲਾ ਸੰਬੰਧ ਰਿਹਾ, ਔਰ ਉਸੇ ਭਰਪੇ ਦੀ ਵਜ੍ਹਾ ਨਾਲ ਅੱਜ ਮੈਂ ਸ਼ਹੀਦ ਕਰਮ ਸਿੰਘ ਦਾ ਜਿਹੜਾ ਮੈਮੋਰੀਅਲ ਸਟੈਚੂ ਹੈ ਉਹ ਸਥਾਪਿਤ ਕਰਨ ਵਾਸਤੇ ਇਹਨਾਂ ਦੇ ਨਿੱਘੇ ਸੱਦੇ 'ਤੇ ਛਾਲਾਂਮਾਰ ਦਾ ਪਿੰਡ ਨਰੂਆਣੀ ਵਿੱਚ ਪਹੁੰਚਿਆ। ਨੌਜਵਾਨਾਂ ਨੂੰ ਕੀ ਅਪੀਲ ਕਰੋਗੇ? ਮੇਰੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਮੁੱਢਲੀ ਸਿੱਖਿਆ, ਜਿਹੜੀ ਜਿਸ ਤਰੀਕੇ ਨਾਲ ਅੱਜ ਆਪਾਂ ਸਕੂਲ ਦੇ ਵਿੱਚ ਖੜ੍ਹੇ ਹਾਂ, ਆਪਣੇ ਸਕੂਲ ਦੇ ਵਿੱਚੋਂ ਆਪਣੇ ਅਧਿਆਪਕਾਂ ਦੇ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ, ਕਿਉਂਕਿ ਇੱਕ ਐਜੂਕੇਸ਼ਨ ਹੀ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਬੱਚਿਆਂ ਨੂੰ ਅਗਾਂਹ ਵਧਾ ਸਕਦੀ ਹੈ। ਜੇ ਆਪਾਂ ਕਹੀਏ ਨਸ਼ੇ ਪਾਣੀਆਂ ਦੀ ਗੱਲ, ਕੋਈ ਨਸ਼ਾ ਪਾਣੀ ਕਿਸੇ ਦੇ ਜ਼ਬਰਦਸਤੀ ਮੂੰਹ 'ਚ ਨਹੀਂ ਪਾ ਸਕਦਾ। ਜੇ ਅਧਿਆਪਕ ਅਤੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਠੀਕ ਸਧਾਈ ਦੇਣਗੇ, ਧਰਮ ਨਾਲ ਜੋੜ ਕੇ ਰੱਖਣਗੇ, ਸਪੋਰਟਸ ਵੱਲ ਧਿਆਨ ਦੇਣਗੇ, ਤਾਂ ਆਟੋਮੈਟਿਕਲੀ ਉਹਨਾਂ ਦੀ ਫਿਜ਼ੀਕਲ ਫਿਟਨੈਸ ਵੀ ਹੋਊਗੀ ਅਤੇ ਇੱਧਰ ਉੱਧਰ ਦੀਆਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਜਾਊਗਾ। ਠੀਕ ਹੈ ਸਰ, ਬਹੁਤ ਥੈਂਕ ਯੂ ਵੈਰੀ ਮੱਚ। ਮੈਂ ਮੇਰਾ ਨਾਮ ਸੁਖਚੈਨ ਸਿੰਘ ਆ, ਮੈਂ ਪਿੰਡ ਨਰੂਣ ਦਾ ਰਹਿਣ ਵਾਲਾ ਗਾ। ਸ਼ਹੀਦ ਕਰਮ ਸਿੰਘ 'ਤੇ ਸਾਡੇ ਸਾਰੇ ਪਿੰਡ ਨੂੰ ਬਹੁਤ ਮਾਣ ਆ, ਕਿਉਂਕਿ ਸਭ ਤੋਂ ਪਹਿਲਾਂ ਉਹ ਸਮੁੰਦਰੀ ਸੈਨਾ ਦੇ ਵਿੱਚ ਭਰਤੀ ਹੋਏ, ਔਰ ਭਰਤੀ ਤੋਂ ਬਾਅਦ ਉਹਨਾਂ ਨੇ 1971 ਦੀ ਲੜਾਈ ਦੇ ਵਿੱਚ ਸ਼ਹਾਦਤ ਦਿੱਤੀ। ਮੇਰੇ ਮਾਮਾ ਜੀ ਸਰੂਪਿੰਦਰ ਸਿੰਘ ਪਿੰਡ ਪੰਨੀ ਵਾਲਾ ਫੱਤਾ ਫਾਜ਼ਿਲਕਾ ਕੋਲ, ਉਹ ਵੀ ਇੱਥੇ ਪੜ੍ਹਦੇ ਸੀ ਇਸੇ ਸਕੂਲ ਦੇ ਵਿੱਚ ਜਿੱਥੇ ਆਪਾਂ ਖੜ੍ਹੇ ਹਾਂ, ਔਰ ਦੋਨੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਇੱਥੇ ਪੜ੍ਹੇ ਆ, ਇਕੱਠੇ ਪੜ੍ਹੇ ਆ ਅਤੇ ਪੱਕੇ ਦੋਸਤ ਸੀਗੇ। ਮੇਰੇ ਫਾਦਰ ਸਾਹਿਬ ਪ੍ਰੋਫੈਸਰ ਗੁਰਭਜਨ ਸਿੰਘ, ਉਹਨਾਂ ਕੋਲ ਇਹ ਪੜ੍ਹਨ ਆਉਂਦੇ ਸੀ ਘਰੇ, ਔਰ ਜਦੋਂ ਇਹਨਾਂ ਨੇ ਪਹਿਲੀ ਵਾਰ ਭਰਤੀ ਵਾਸਤੇ ਐਪਲੀਕੇਸ਼ਨ ਦਿੱਤਾ ਸੀਗਾ ਤਾਂ ਮੇਰੇ ਮਾਮਾ ਜੀ ਵੀ ਨਾਲ ਹੀ ਸੀਗੇ, ਫਾਰਮ ਫੁਰਮ ਇਕੱਠੇ ਨੇ ਭਰੇ ਸੀਗੇ, ਉਹ ਸਿਲੈਕਟ ਹੋ ਗਏ। ਉਹਨਾਂ ਦੀ ਪਹਿਲੀ ਪੋਸਟਿੰਗ ਬੰਬੇ ਸੀ, ਉੱਥੋਂ ਮਾਮਾ ਜੀ ਨਾਲ ਉਹਨਾਂ ਦਾ ਚਿੱਠੀ ਪੱਤਰ ਵੀ ਚੱਲਦਾ ਰਹਿੰਦਾ ਸੀਗਾ, ਸਾਡੇ ਪਰਿਵਾਰ ਨਾਲ ਵੀ ਉਹਨਾਂ ਦਾ ਚਿੱਠੀ ਪੱਤਰ ਚੱਲਦਾ ਰਹਿੰਦਾ ਸੀਗਾ। ਜਿਹੜੇ ਕਰਮ ਸਿੰਘ ਦੇ ਪਿਤਾ ਜੀ ਸੀਗੇ ਉਹ ਮੇਰੇ ਦਾਦਾ ਜੀ ਨਾਲ ਉਹਨਾਂ ਦੇ ਬਹੁਤ ਪਰਿਵਾਰਕ ਸੰਬੰਧ ਸੀਗੇ, ਅਤੇ ਅੱਜ ਉਹਨਾਂ ਦੀ ਯਾਦ ਵਿੱਚ ਜੋ ਇੱਥੇ ਯਾਦਗਾਰ ਬਣੀ ਹੈ ਉਹ ਤਾਂ ਸਾਨੂੰ ਸਾਰੇ ਪਿੰਡ ਨੂੰ ਸਾਨੂੰ ਜੀ ਤੌਰ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੇਜਾ ਸਿੰਘ। ਤੇਜਾ ਸਿੰਘ ਜੀ, ਬੜੀ ਮਾਣ ਵਾਲੀ ਗੱਲ ਹੈਗੀ ਆ ਵੀ ਤੁਹਾਡੇ ਪਿੰਡ ਦੇ ਵਿੱਚ ਸ਼ਹੀਦ ਪਹਿਲੇ ਸ਼ਹੀਦ ਹੋਣ ਦਾ ਜਿਹੜਾ ਹੈਗਾ ਦਰਜਾ ਪ੍ਰਾਪਤ ਹੋਇਆ ਸਰਦਾਰ ਕਰਮ ਸਿੰਘ, ਕੀ ਕਹਿਣਾ ਚਾਹੋਗੇ ਜੀ? ਇਹ ਜੀ ਸਮੇਂ ਦੀ ਗੱਲ ਹੁੰਦੀ ਆ, ਸ਼ਹੀਦ ਹੋਏ ਨੂੰ ਤਕਰੀਬਨ 40 ਸਾਲ ਹੋ ਗਏ, ਬਹੁਤ ਪੰਚਾਇਤਾਂ ਆਈਆਂ, ਬਹੁਤ ਲੋਕ ਹੋਏ, ਪਰ ਅਸੀਂ ਇੱਕ ਤਰ੍ਹਾਂ ਦਾ ਆਪਦੇ ਅੱਜ ਤੱਕ ਜ਼ਮੀਰ ਨੂੰ ਮਰੀ ਹੋਈ ਨੂੰ ਸਮਝਦੇ ਸੀ, ਜਦੋਂ ਅਸੀਂ ਸ਼ਹੀਦ ਦੀ ਕਦਰ ਨਹੀਂ ਕੀਤੀ। ਇੱਕ ਸਿਰਫ ਪਰਿਵਾਰ ਸੀ ਜੋ ਇਹਨੇ ਸਕੂਲ ਵੀ ਸ਼ਹੀਦ ਨਾਂ 'ਤੇ ਕਰਵਾ ਲਿਆ, ਸੜਕ ਬਣਵਾਈ, ਉਹਦਾ ਬੋਰਡ ਵਗੈਰਾ ਬਣਾਉਣਾ ਕਰਨਾ, ਸੰਭਾਲ ਉਹ ਕਰਨਾ,
ਵੋਟਰ ਸੂਚੀ ਸਿਲਾਈ ਕੀਤੀ ਸਿਰ ਪਰਿਵਾਰ ਜਾਂ ਆਪਦੇ ਲੈਵਲ 'ਤੇ ਭਾਈ ਜੋੜ ਕੀਤੀ ਨਗਰ ਨੇ ਜਾਂ ਸਰਕਾਰ ਨੇ ਜਾਂ ਕਿਸੇ ਨੇ ਕੋਈ ਇਸ ਚੀਜ਼ ਦਾ ਕੋਈ ਸਹਿਯੋਗ ਨਹੀਂ ਦਿੱਤਾ। ਬਹੁਤ ਸਾਰੇ ਨਾਗਰਿਕ ਜਿਹੜੇ ਹੈਗੇ ਆ ਉਹ ਰਹਿ ਜਾਂਦੇ ਹੈਗੇ ਨੇਵੀ ਦੇ ਵਿੱਚ ਜਾਣ ਤੋਂ। ਨੇਵੀ ਦੇ ਵਿੱਚ ਨਾਗਰਿਕਾਂ ਨੂੰ ਜਾਂ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਵੀ ਨੇਵੀ ਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ? ਬਿਲਕੁਲ ਜੀ, ਦੇਸ਼ ਦੀ ਰੱਖਿਆ ਵਾਸਤੇ ਹਿੱਸਾ ਲੈਣਾ ਚਾਹੀਦਾ। ਨੇਵੀ ਆਪਾਂ ਮੇਨ ਫੋਰਸ ਹੈ, ਆਪਾਂ ਦੇਸ਼ ਦੇ ਨਾਲ ਹੀ ਮਹਾਨ ਹਾਂ। ਜੇ ਦੇਸ਼ ਦੀ ਰਾਖੀ ਨਹੀਂ ਕਰਾਂਗੇ ਤਾਂ ਆਪਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਅਤੇ ਕੋਈ ਆਈਡੀਆ ਨਹੀਂ ਬਣਦਾ। ਅਤੇ ਦੇਸ਼ ਦੀ ਰਾਖੀ ਦੀ ਖਾਤਰ ਨੇਵੀ ਹੈ ਅਤੇ ਭਾਵੇਂ ਹੈਗਾ ਆਰਮੀ ਏਅਰਫੋਰਸ ਹੈ, ਇਸ ਦੀ ਵੱਧ ਤੋਂ ਵੱਧ ਦੇਸ਼ ਦੀ ਸੇਵਾ ਦਾ ਵੱਧ ਤੋਂ ਵੱਧ ਮਾਣ ਪ੍ਰਾਪਤ ਕਰਨਾ ਚਾਹੀਦਾ, ਕਰ ਨਸੀਬਾਂ ਨੂੰ ਮਾਣ ਪ੍ਰਾਪਤ ਹੁੰਦਾ ਜੀ। ਠੀਕ ਹੈ, ਧੰਨਵਾਦ। ਲੈਫਟੀਨੈਂਟ ਵੀਰ ਕੁਮਾਰ ਫਰਾਮ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜੀ। ਸਰ, ਕਰਮ ਸਿੰਘ ਬਾਰੇ ਦੁੱਧ ਤੋਂ ਕੀ ਵਿਚਾਰ ਹੈ? ਕਰਮ ਸਿੰਘ ਸਾਡਾ ਇੱਕ ਲੰਗੋਟੀਆ ਯਾਰ ਸੀਗਾ ਜਿਹੜਾ ਸਾਡੇ ਨਾਲ ਭਰਤੀ ਹੋਏ ਇਕੱਠੇ ਹੀ, ਅਤੇ ਸਾਡੀ ਸ਼ਿਪ ਵੀ ਲੜਾਈ ਦੇ ਟਾਈਮ ਇਕੱਠੀ ਸੀਗੇ, INS ਕਿਰਪਾਨ, INS ਕੁਠਾਰ, INS ਕੁਕਰੀ। ਕਰਮ ਸਿੰਘ ਜਿਹੜੇ ਕੁਕਰੀ ਸ਼ਿਪ ਦੇ ਵਿੱਚ ਔਨ ਬੋਰਡ ਸ਼ਿਪ, ਮੈਂ ਕੁਠਾਰ ਦੇ ਵਿੱਚ ਸੀਗਾ ਜੀ। ਜਦੋਂ ਇਹ ਲੜਾਈ ਦਾ ਟਾਈਮ ਸੀਗਾ ਅਸੀਂ ਬਿਲਕੁਲ ਤਿੰਨੇ ਸ਼ਿਪ ਇਕੱਠੇ ਸੇਲਿੰਗ ਕਰੀ 2 ਤਰੀਕ ਨੂੰ ਹੀ, ਅਤੇ ਇਹ ਜਿਹੜਾ ਪਾਣਾ ਵਰਤਿਆ ਜਦੋਂ ਅਸੀਂ ਐਕਸਰਸਾਈਜ਼ ਕਰ ਰਹੇ ਸੀਗੇ ਪਾਕਿਸਤਾਨ ਦੀ ਸਬਮਰੀਨ ਦੇ ਉੱਤੇ ਅਟੈਕ ਕਰਨ ਵਾਸਤੇ, ਉਸ ਟਾਈਮ ਰਾਤ 8 ਤਰੀਕ ਨੂੰ ਰਾਤ ਨੂੰ ਅਤੇ 9 ਤਰੀਕ ਦੀ ਸਵੇਰ ਨੂੰ ਇਹ ਜਿਹੜਾ ਉਹਨਾਂ ਦੇ ਸ਼ਾਮ ਨੂੰ 8:52 ਦੇ ਉੱਤੇ ਪਹਿਲੀ ਟਾਰਪੀਡੋ ਵੱਜੀ ਉਹਨਾਂ 'ਤੇ ਜੀ, ਅਤੇ ਦੂਜੀ ਟਾਰਪੀਡੋ ਵੀ 1 ਸਕਿੰਟ ਬਾਅਦ 2 ਸਕਿੰਟ ਬਾਅਦ ਵੱਜੀ, ਤੀਜੀ ਹੋਰ 2-3 ਸਕਿੰਟਾਂ ਬਾਅਦ ਵੱਜੀ। ਇਸ ਕੁੱਕਰੀ ਸਾਡੇ ਸਾਹਮਣੇ ਹੀ 4 ਸਕਿੰਟਾਂ ਦੇ ਵਿੱਚ ਅਸੀਂ ਜਦੋਂ ਸਾਡੀ ਇੱਕ ਨੇਵਲ ਟਰਮ ਹੈ ਅਤੇ ਜਿਹੜੇ ਕੁੱਕਰੀ ਆ INS ਲੋਸ ਕੰਡੈਕਟ, ਉਹ ਜਿਹੜਾ ਕੰਡੈਕਟ ਸੀ ਲੋਸ ਹੋਣ ਕਰਕੇ ਸਾਨੂੰ ਪਤਾ ਤਾਂ ਲੱਗਿਆ ਸੀ ਡੁੱਬ ਗਿਆ ਜੀ, ਪਰ ਅਸੀਂ ਜਦੋਂ ਕਿਸੇ ਹੋਰ ਨੂੰ ਦੱਸਦੇ ਹਾਂ ਅਸੀਂ ਇਹ ਕਹਿੰਦੇ ਵੀ ਕੰਡੈਕਟ ਲੋਸ ਹੋ ਗਿਆ। ਅਸੀਂ ਆਪਸ ਦੇ ਵਿੱਚ ਇੱਕ ਕਮਿਊਨੀਕੇਸ਼ਨ ਕਰਦੇ ਰਹਿੰਦੇ ਹਾਂ ਜੀ ਅਤੇ ਸਾਡੇ ਸ਼ਿਪ ਕਿੱਥੇ ਨੇ ਕਿਵੇਂ ਕਰ ਰਹੇ ਨੇ ਜੀ। ਉਹ ਜਦੋਂ ਅਸੀਂ ਘੇਰਾ ਪਾ ਲਿਓ ਸਮਰਿਨ ਨੂੰ, ਸਮਰਿਨ ਆਲ ਆਫ ਸਡਨ ਉੱਪਰ ਆ ਗਈ, ਉੱਪਰ ਆਉਣ ਤੋਂ ਮਗਰੋਂ ਨੇ ਫਾਇਰ ਕਰੇ, ਸਾਡੇ 3 ਸ਼ਿਪਾਂ 'ਤੇ ਫਾਇਰ ਕਰੇ ਉਹਨਾਂ ਜੀ। ਜਿਹੜੇ ਸ਼ਿਪ ਜਿਹੜੇ ਕੰਟਰੋਲ ਹੁੰਦਾ ਇਹ ਸਰ ਇੱਕ ਸੇਲਰ ਦਾ, ਅਫਸਰ ਦਾ, ਇੰਜੀਨੀਅਰ ਦਾ ਦਿਮਾਗ ਸਾਰਿਆਂ ਇਕੱਠੇ ਹੁੰਦਾ, ਜੇ ਕੋਈ ਇੱਕ ਵੀ ਬੰਦਾ ਗਲਤੀ ਕਰਦਾ ਉਸ ਦੀ ਮਿਸਟੇਕ ਨਾਲ ਪੂਰੇ ਜਹਾਜ਼ ਨੂੰ ਖਤਰਾ ਹੋ ਸਕਦਾ। ਜਿਵੇਂ ਹੁਣ ਕੈਪਟਨ ਸਾਹਿਬ ਦਾ ਆਰਡਰ ਹੁੰਦੇ ਨੇਗੇ ਸ਼ਿਪ ਨੂੰ ਸਪੇਅਰ ਕਰਨਾ, ਆਰਡਰ ਦੇਣੇ, ਇੰਜੀਨੀਅਰਾਂ ਦੇ ਕੰਮ ਹੈ ਫਟਾਫਟ ਇੰਜਨ ਉਸੇ ਟਾਈਮ 'ਤੇ ਚਲਾਉਣਾ, ਜਿਹੜੇ ਦੂਜੇ ਸੇਲਰ ਨੇ ਉਹਨਾਂ ਦਾ ਕੰਮ ਹੈ ਉਸੇ ਟਾਈਮ ਫਾਇਰ ਕਰਨੇ ਤਾਂ ਕਿ ਸ਼ਿਪ ਬਿਲਕੁਲ ਸੇਫਟੀ ਦੇ ਵਿੱਚ ਰਹਿ ਜਾਏ। ਉੱਥੇ ਕਿਸੇ ਵੀ ਇੱਕ ਬੰਦੇ ਦੀ ਮਿਸਟੇਕ ਹੋ ਜਾਂਦੀ ਹੈ ਤਾਂ ਸ਼ਿਪ ਨੂੰ ਡੈਮੇਜ ਹੋ ਸਕਦਾ। ਸਾਡੇ ਸ਼ਿਪ 3 ਐਕਸਟੈਂਸ਼ਨ ਸਟੇਸ਼ਨ 'ਤੇ ਸੀਗੇ, ਐਕਸਟੈਂਸ਼ਨ ਸਟੇਸ਼ਨ ਦਾ ਮਤਲਬ ਅਸੀਂ ਸਾਰੇ ਜਿੰਨੇ ਵੀ ਸੇਲਰ ਅਫਸਰ ਹੁੰਦੇ ਹੈ ਅਸੀਂ ਆਵਾਜ਼ ਦੇ ਉੱਤੇ ਡਿਊਟੀ ਇੱਕ ਸਾਥ ਹੀ ਕਰਦੇ ਹਾਂ। ਕੁਦਰਤੀ ਉਸ ਸ਼ਿਪ ਦੇ ਉੱਤੇ ਜਿਹੜਾ ਸੀਗਾ ਛੱਡਣ ਲਈ ਟਾਰਪੀਡੋ ਲੱਗ ਗਿਆ ਜੀ, ਅਤੇ ਅਸੀਂ ਉਸ ਸਮਰੇ ਨੂੰ ਜਾਣ ਨਹੀਂ ਦਿੱਤਾ ਜੀ। ਉਹ ਸਮਰੇ ਅਸੀਂ ਡੋਈ ਹੈ, ਇੱਕ ਉਹ ਸਮਰੇ ਅਸੀਂ ਡੋਈ ਹੈ, ਇੱਕ ਅਮਰੀਕਾ ਦੀ ਸਮਰੇ ਨਹੀਂ ਸੀਗੀ, ਦੋਨੇ ਸਮਰੇ ਅਸੀਂ ਡੋ ਕਰਕੇ ਵਾਪਸ ਫਿਰ ਅਸੀਂ ਆਏ ਹਾਂ। ਪਰ ਜਦੋਂ ਅਸੀਂ ਆ ਕੇ ਬੰਬੇ ਹਾਰਬਰ ਦੇ ਵਿੱਚ ਇੰਟਰ ਕਰੇ ਹੈ ਤਾਂ ਸਾਨੂੰ ਬਹੁਤ ਦੁੱਖ ਹੋਇਆ, ਜਿਹੜੇ ਸਾਡੇ 3 ਸ਼ਿਪ ਇਕੱਠੇ ਕਰਦੇ ਹੁੰਦੇ ਸੀ, 1 ਸ਼ਿਪ ਸਾਡਾ ਉਹਦੇ ਵਿੱਚੋਂ ਘੱਟ ਸੀਗਾ ਜੀ, ਘੱਟ ਹੋਣ ਕਰਕੇ ਉਹਦੇ ਵਿੱਚ ਸਾਡਾ ਇਹ ਦੋਸਤ ਸੀਗਾ ਜੀ, ਅਤੇ ਉਹ ਯਾਦ ਸਾਨੂੰ ਹਜੇ ਵੀ ਬਹੁਤ ਆਉਂਦੀ ਹੈ। ਇਹ ਜਿਹੜੀ ਯੂਨੀਫਾਰਮ ਬਣਾਈ ਆ ਸੀ ਮੈਨੂੰ ਸੁਖਜਿੰਦਰ ਸਿੰਘ ਜੀ ਇਹਨਾਂ ਨੇ ਕਿਹਾ ਸੀ, ਇਹਨਾਂ ਦੇ ਬੇਟੇ ਨੇ ਵੀ ਅੰਕਲ ਯੂਨੀਫਾਰਮ ਦੀ ਕਿਸ ਤਰ੍ਹਾਂ ਬਣਾਈ ਹੈ। ਮੈਂ ਆਪਣੀਆਂ ਉਹ ਪੁਰਾਣੀਆਂ ਯੂਨੀਫਾਰਮ ਸਾਰੀ ਭੇਜੀਆਂ ਜਿਹੜੀਆਂ ਅਸੀਂ ਉਸ ਟਾਈਮ ਪਾਉਂਦੇ ਹੁੰਦੇ ਸੀਗੇ, ਇਹ ਯੂਨੀਫਾਰਮ ਸਿਲੈਕਟ ਕਰਕੇ ਮੈਂ ਭੇਜੀ ਵੀ ਇਸ ਤਰ੍ਹਾਂ ਦੀ ਯੂਨੀਫਾਰਮ ਜਿਹੜਾ ਬੁੱਤ ਬਣਾਉਣਾ ਆਪਾਂ ਨੇ ਇਸ ਤਰ੍ਹਾਂ ਦੇ ਬਣਾਉਣਾ, ਜਿਹਨੂੰ ਸਾਰਿਆਂ ਨੇ ਲਾਈਕ ਕੀਤਾ ਸਿਲੈਕਟ ਕੀਤਾ। ਬਾਕੀ ਮੈਂ ਇਹ ਵੀ ਕਿਹਾ ਸੀ ਮੈਂ ਤੁਸੀਂ ਸਾਰਿਆਂ ਦੀ ਰਾਏ ਵੀ ਲਿਓ, ਪਰ ਮੇਰੇ ਵੱਲੋਂ ਇਹੀ ਬੁੱਤ ਦੇ ਵਿੱਚ ਬਣਨਾ ਚਾਹੀਦਾ ਅਤੇ ਸਿਲੈਕਟ ਵੀ ਹੋਇਆ, ਮੈਨੂੰ ਬਹੁਤ ਖੁਸ਼ੀ ਹੈ ਜੀ। ਅਤੇ ਉਹਦੀ ਜਿਹੜੀ ਯਾਦ ਹੈ ਸਾਡੇ ਹਮੇਸ਼ਾ ਯਾਦ ਦਿਲਾਂ 'ਚ ਰਹਿੰਦੀ ਹੈ ਜੀ। ਧੰਨਵਾਦ, ਧੰਨਵਾਦ। ਮੈਂ ਚਰਨ ਸਿੰਘ, ਸ਼ਹੀਦ ਮੈਂ ਸ਼ਹੀਦ ਚਰਨ ਕਰਮ ਸਿੰਘ ਦਾ ਬਹੁਤ ਹੀ ਲੰਗੋਟੀਆ ਜਾ ਰਿਹਾ। 1969 ਫਰਵਰੀ ਦੇ ਵਿੱਚ ਅਸੀਂ ਮਿਡਲ ਗਰਾਊਂਡ ਬੈਠੀ ਆ ਬੰਬੇ ਦੇ ਵਿੱਚ, ਇਕੱਠੇ ਨੌਕਰੀ ਕੀਤੀ ਆ, ਆਪਣੇ ਭੈਣਾਂ ਭਰਾਵਾਂ ਨੂੰ ਵੱਧ ਸਾਡੇ ਰਿਲੇਸ਼ਨ ਰਹੇ ਆ। 1969 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ, ਭੈਣ ਸੁਖਦੇਵ ਦੇ ਨਾਲ ਵਿਆਹ ਇਹਨਾਂ ਦਾ ਹੋਇਆ, ਅਤੇ ਅਸੀਂ ਸਾਡਾ ਇੱਕੋ ਹੀ ਥਾਲੀ ਦੇ ਵਿੱਚ ਖਾਣਾ ਪੀਣਾ ਸੀ। ਬਹੁਤ ਹੀ ਦੋਨੇ ਭੈਣ ਅਤੇ ਕਰਮ ਸਿੰਘ ਬਹੁਤ ਹੀ ਦੇਖ ਦਿਲ, ਬਹੁਤ ਹੀ ਇਹੋ ਜਿਹੇ ਸੰਸਾਰ ਦੇ ਵਿੱਚ ਘੱਟ ਹੀ ਲੋਕ ਆਉਂਦੇ ਹਨ। ਅਤੇ 69 ਫਰਵਰੀ ਤੋਂ ਲੈ ਕੇ ਅੰਤਿਮ 2 ਘੰਟੇ ਜਾਣ ਤੋਂ, ਇਸ ਸੰਸਾਰ ਤੋਂ ਜਾਣ ਤੋਂ 2 ਘੰਟੇ ਪਹਿਲਾਂ ਤੱਕ ਅਸੀਂ ਹੈਲੋ ਬਾਏ ਕਰਦੇ ਰਹੇ ਹਾਂ। ਅੱਜ ਅੱਗੇ ਵਾਸਤੇ ਇਹਨਾਂ ਦਾ ਪਰਿਵਾਰ ਜਸਵਿੰਦਰ ਦੇ ਅਸੀਂ ਬਹੁਤ ਰਿਣੀ ਹਾਂ ਕਿ ਇਹ ਆਪਣੇ ਮਾਂ ਬਾਪ ਦੀ ਅੱਜ ਵੀ ਜਿਹੜਾ ਉਹਨਾਂ ਦੀ ਯਾਦ ਤਾਜ਼ਾ ਕਰ ਰੱਖੇ ਆ, ਕਦੇ ਭੁੱਲਣ ਵਾਲੇ ਕੰਮ ਨਹੀਂ ਕਰ ਰਹੇ। ਬਹੁਤ ਹੀ ਇਹਨਾਂ ਦੇ ਅਸੀਂ ਇਹੋ ਜਿਹੇ ਸੰਸਾਰ ਦੇ ਵਿੱਚ ਬੱਚੇ ਹੋਣ ਜਿਹੜੇ ਆਪਣੇ ਮਾਂ ਬਾਪ ਦੀ ਯਾਦ ਤਾਜ਼ਾ ਕਰਨ। ਬਹੁਤ ਸੋਹਣਾ ਜਸਵਿੰਦਰ ਹਰ ਫੰਕਸ਼ਨ
अरेंज करता तो माँ बाप की सेवा जनर माँ की स्पैशली सेवा करके ज जो जो अंतम समय तक जो लिखतकार उन्होंने तो कोई टाल नहीं सकता पर बहुत ही अच्छे ऐसे इंसान बहुत दुनिया घट मिलते हैं। धन्यवाद जी। ठीक है सर, स्वागत है जी। की नाम है जी थोड़ा? मेरा नाम डॉक्टर सिकंदर सिंह है जी। मेरा पिंड धूलकोट जिला श्री मुक्तसर साहब के बच्चे जी। अज इतने समुद्री सेना शहीद सरदार करम सिंह जी का जोड़ा बुत है वह स्थापित किया गया जी, की कहना चाहूँगा? मैं कहना भी वारिश शाह जग तो सदा ज्यौते तो जिन्हें कीतियां नेक कमाइया ने इस शहीद ने कि जिथे पिंड का नाँ उच्चा किया सरदार करम सिंह जी ने वो शहीद है जोड़ा वो एक सरमाया नहीं होंगे सारे देश का सरमाया होंगे है। अज जो बुक्त स्थापित किया पिंड की पंचायत ने और उन्होंने बेटे काका जसविंदर सिंह जी ने, मैं कहना ये दुनिया में एड्डी वधिया सेध दिंदा रहेगा कि बच्चे इस तो सेध लैणगे कि बच्चे नशियां तो बच के नेवी दे विच जॉइन करनगे और देश कौम की सेवा करनगे। अज जिहड़ा ये सारे पंचायत ने ते पिंड ने ते जिहड़े रिटायर्ड फौजी से उन्होंने साथी से उन्होंने रल के जिहड़ा है उन्होंने स्टैचू इत्थे स्थापित किया, मैं इस गल तो बड़ा प्रभावित होया क्योंकि सानू ये सदा उन्हां दी कुरबानी नूं याद करवाउंदा रहूगा, सानू नचां तो बचण दी जिहड़ी प्रेरणा दिंदा रहूगा तां कि असीं देश कौम दी जिहड़ी सिख्या लै के देश कौम दी असीं सेवा कर सकीए। बहुत सारे नौजवान हैगे आ जो रुजगार दी भाल दे विच आ बट नेवी दे विच बहुत घट जा रहे हैं जी, उन्हां नूं की अपील करो? मेरी अपील है जी भी वध तों वध अपने पिंडां दे चंगे स्कूल बन गए आ, हर थां चंगे टीचर आ गए आ, क्वालीफाइड टीचर आ गए आ, चंगे स्कूलों दे विचों सिख्या लै के गाइडलाइन चंगी लै के ते नेवी दे विच जरूर तो जरूर है जिहड़ा वह हिस्सा लैके आपदा जिहड़ा वह मतलब भी भर्ती होना चाहिए तां कि देश कौम दी सिख्या देश कौम की असी सेवा कर सकी। अज जिहड़ा इस तो सिख्या सानू यही मिली है कि जेकर अज तो 1965-66 दे विच भर्ती हो के उदों उन्हां दी किन्नी वधिया सिख्या होगी, किन्नी वधिया पढ़ाई होगी, उस टाइम किन्ने वधिया उन्होंने नंबर लैके ते नेवी दे विच जॉइन किया। अज दे साडे नौजवानों नूं मैं अपील करदा कि चंगी सिख्या लो, नशियां तो बचो, गलत रस्तियां तो बचो, जिहड़ा कि अज पछमी सभ्याचार चल रहा टीवियां ते चल रहा आ मोबाइलों ते चल रहा ते इन्हां तो आपां नूं बच के सानू चंगी सिख्या लेनी चाहीदी है। इहे जे शहीदां दा उह मां बाप भी सदा जिउंदे हुंदे जिन्हां दे घरे इहे जे शहीद पैदा हुंदे आ, किसे किसे दे इह हक दे विच आउंदा जिवें किसे संत महात्मा ने लिखिआ कि हर एक नूं ज्ञान बख्शदा क्योंकि तू जग दा दाता है, पर प्रीत निम्रता ते सेवा दे गल गहने पाउना किसे किसे सेवा दे गहने हुंदे आ, किसे किसे दे हिस्से आउंदे जिहड़े कि अज सरदार करम सिंह दे उहनां दे परिवार दे ये हिस्से आया है। और सदा ही इतिहास के जिन्ना तक दुनिया रहूगी उन्हों का इतिहास के ना जोड़ा सूरज सितारे वग चमकता रहूगा। बहुत बहुत धन्यवाद। थैंक यू सर। सत श्रीकाल जी। सर पूरा नाम की है थोड़ा? जसविंदर सिंह जी। और 1971 के सरदार करम सिंह शहीद प्राप्त कर गए थे, अज उन्हों का बुत लगाया गया है, लगभग 51-52 साल हो गए हैं, की कहना चाहोगे? पहला मतलब उन्हां दे नाते एक सड़क है नरुआने तो जोधपुर, एक स्कूल है पिंड का, ठीक है जिहड़ा भी ये स्कूल है मतलब सड़क का ना है, असी मतलब पिंड दे सहयोग नाल ही सारा कुछ करिया, मतलब किसी कोई सरकार दे नहीं कोई साडी हेल्प करी, ठीक है। संस्थावां ने योगदान दिता जिवें अज जिहड़ा बुत स्थापित होया है ये ग्राम पंचायत नरुआना जी ते जिन्ने भी मतलब पिंड दे साबका फौजी इलाके दे साबका फौजी उन्होंने आपका योगदान दिता, बाकी परिवार वालों बुत स्थापित किया गया। एक नौजवानों वास्ते बड़ा जड़ा हैगा वो मील पत्थर साबित होणगे करम सिंह जी नरुआना। हाँ जी। क्योंकि नेवी दे विच जिहड़ी हैगी आ शहादत मिलनी बड़ा माण वाली गल हुंदी आ। उस तो बाद तुहाडा माता जी दे नाल सफ़र किस तरह दा रहा? माता जी नाल बहुत वधिया सफ़र रहा जी, पिता जी तो छोटी उम्र सीगे, ठीक है, माता जी नाल बहुत लम्मा सफ़र रहा, उन्होंने बहुत जीवन दे विच मतलब समस्या झलियां है ना। तो उस तो बाद फिर थोड़ी मैरिज हो जाती है, जो व्याहुता जीवन है थोड़ा वो किवें बीतया? हाँ जी हाँ जी बहुत वधिया जी, मेरे सहुरा साहब इत्थे भलाई जाने जी, उन्होंने साणू बहुत सहयोग रहा, ठीक है। और किन्ने बच्चे हैं जी थोड़े? मेरे दो बच्चे, एक बेटी हरप्रीत कौर है, सेवक सिंह है। कि थोड़े विच जां थोड़े बच्चों के विच भी अज भी देश भगती की भावना है? हाँ जी हाँ जी। जो लोग आइलेट्स करके बाहर जा रहे हैं या नशे के ग्रस्त है, तुसी एक
ਸ਼ਹੀਦੀ ਪਰਿਵਾਰ ਨੂੰ ਸੰਬੰਧ ਰੱਖਦੇ ਹੋ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮਤਲਬ ਇਸ ਤਰ੍ਹਾਂ ਹੀ ਕਹਿੰਦੇ, ਮਤਲਬ ਆਰਮੀ ਵਾਲੇ ਪਾਸੇ, ਨੇਵੀ ਵਾਲੇ ਪਾਸੇ, ਏਅਰਪੋਰਟ ਵਾਲੇ ਪਾਸੇ ਬੱਚੇ ਕੋਸ਼ਿਸ਼ ਕਰਨ, ਹੈ ਨਾ ਜੀ। ਔਰ ਜੋ ਨਸ਼ੇ ਕਰਦੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਨਸ਼ੇ ਕਰਦੇ ਮਤਲਬ ਗੁਰੂ ਦੇ ਲੜ ਲੱਗਣ, ਹੈ ਨਾ, ਨਸ਼ੇ ਤੋਂ ਦੂਰ ਰਹਿਣ, ਇਹੀ ਮਤਲਬ ਅਸੀਂ ਕਹਿਣਾ ਚਾਹੁੰਦੇ। ਅੱਜ ਜੀ 23 ਅਪ੍ਰੈਲ 2023 ਨੂੰ ਉਹਨਾਂ ਦਾ ਜੋ ਬੁੱਤ ਸਥਾਪਿਤ ਕੀਤਾ ਗਿਆ, ਪੂਰੇ ਨਰੂਆਣਾ ਵਾਸਤੇ ਨਹੀਂ ਜਾਂ ਇਕੱਲੇ ਬਠਿੰਡੇ ਵਾਸਤੇ ਨਹੀਂ, ਪੂਰੇ ਦੇਸ਼ ਵਾਸਤੇ ਇਹ ਮਾਣ ਦੀ ਗੱਲ ਹੈ। ਕਿਉਂਕਿ ਅਸੀਂ ਕੁਛ ਅਜਿਹੇ ਵੀ ਜਵਾਨਾਂ ਦੇ ਨਾਲ ਜਿਹੜੀ ਹੈਗੀ ਆ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਅਸੀਂ ਹੋਰ ਬੁੱਤ ਤਾਂ ਬਥੇਰੇ ਆ ਪਰ ਨੇਵੀ ਦੇ ਜਿਹੜੇ ਹੈਗੇ ਆ, ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਕੀਤਾ ਹੈਗਾ, ਉਹ ਬਹੁਤ ਘੱਟ ਹੈਗੇ ਆ। ਸਾਡਾ ਵੀ ਤੁਹਾਨੂੰ ਔਰ ਸ਼ਹੀਦ ਕਰਮ ਸਿੰਘ ਨੂੰ ਬਹੁਤ ਬਹੁਤ ਨਮਨ ਆ ਜੀ। ਧੰਨਵਾਦ, ਜੈ ਹਿੰਦ। ਹਾਂਜੀ, ਮੇਰਾ ਨਾਮ ਸੁਖਪਾਲ ਕੌਰ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਨਰਵਣ ਦੇ ਰਹਿਣ ਵਾਲੀ ਹਾਂ ਜੀ। ਅੱਜ ਜੋ ਬੁੱਤ ਲਗਾਇਆ ਗਿਆ ਜੀ, ਉਹਦੇ ਬਾਰੇ ਦਿਓ ਜਾਣਕਾਰੀ। ਮੈਂ ਜੋ ਅੱਜ ਬੁੱਤ ਲਗਾਇਆ ਗਿਆ ਹੈ ਸ਼ਹੀਦ ਕਰਮ ਸਿੰਘ ਜੀ ਦਾ ਜਲਸਾ, ਮੈਂ ਉਹਨਾਂ ਦੀ ਨੂੰਹ ਹੈ ਜੀ, ਅਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਵਧੀਆ ਪਰਿਵਾਰ, ਸ਼ਹੀਦ ਪਰਿਵਾਰ ਵਿੱਚ ਆਈ ਹਾਂ, ਅਤੇ ਉਹਨਾਂ ਦੀ ਪਰਿਵਾਰ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ। ਉਹ ਅੱਜ ਪਿੰਡ ਦੇ ਵਿੱਚ ਜਿਹੜਾ ਹੈਗਾ ਸਮੁੰਦਰੀ ਸੈਨਾ ਸ਼ਹੀਦ ਕਰਮ ਸਿੰਘ ਦਾ ਬੁੱਤ ਲਗਾਇਆ ਗਿਆ, ਕਿਸ ਤਰ੍ਹਾਂ ਦਾ ਮਹਿਸੂਸ ਹੋ ਗਿਆ ਤੁਹਾਨੂੰ? ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਜੀ। ਸਰ ਸਵਾਗਤ ਹੈ ਜੀ ਆਪਣਾ। ਸਰ, ਅੱਜ ਸ਼ਹੀਦ ਕਰਮ ਸਿੰਘ ਜੋ ਨੇਵੀ ਕੇ ਪਹਿਲੇ ਸ਼ਹੀਦ ਹੈ ਇਸ ਇਲਾਕੇ ਕੇ, ਇਸ ਜ਼ਿਲ੍ਹੇ ਕੇ, ਅੱਜ ਉਨਕਾ ਸਟੈਚੂ ਲਗਾਇਆ ਗਿਆ ਹੈ, ਦੇ ਜੀ ਉਨਕੇ ਬਾਰੇ ਜਾਣਕਾਰੀ। ਇਹ ਜੋ ਸ਼ਹੀਦ ਕਰਮ ਸਿੰਘ ਜੀ ਕਾ ਸਟੈਚੂ ਲਗਾਇਆ ਗਿਆ ਹੈ, ਸ਼ਹੀਦ ਕਰਮ ਸਿੰਘ ਗੇਵ ਇਜ਼ ਲਾਈਫ ਇਨ 1971 ਵਾਰ ਐਂਡ ਹੀ ਸੈਕਰੀਫਾਈਸ ਹਿਜ਼ ਲਾਈਫ ਫੋਰ ਦਾ ਨੇਸ਼ਨ ਐਂਡ ਦਿਸ ਸਟੈਚੂ ਵਿਲ ਬੀ ਐਨ ਇੰਸਪੀਰੇਸ਼ਨ ਫੋਰ ਦਾ ਪੀਪਲ ਆਫ ਨਰਵਾਨਾ ਐਂਡ ਪੀਪਲ ਆਫ ਦਿਸ ਸਟੂਡੈਂਟਸ ਆਫ ਦਿਸ ਸਕੂਲ। ਇਟ ਵਿਲ ਕੀਪ ਐਨਕਰੇਜਿੰਗ ਦੈਮ ਐਂਡ ਮੋਟੀਵੇਟਿੰਗ ਦੈਮ ਫੋਰ ਗਿਵਿੰਗ ਦੇ ਲਾਈਫ ਫੋਰ ਦਿਸ ਮਦਰਲੈਂਡ ਐਂਡ ਇਨਡੀਡ ਇਟਸ ਏ ਵੈਰੀ ਬਿਗ ਇੰਸਪੀਰੇਸ਼ਨ। ਆਈ ਐਮ ਗਲੈਡ ਆਈ ਐਮ ਹੇਅਰ ਫੋਰ ਦਾ ਇਨੋਗਰੇਸ਼ਨ ਆਫ ਦਾ ਸਟੈਚੂ ਐਂਡ ਆਈ ਵਾਂਟ ਦੈਟ ਐਵਰੀ ਈਅਰ ਦਿਸ ਫੰਕਸ਼ਨ ਸ਼ੁੱਡ ਬੀ ਕੈਰੀਡ ਆਊਟ ਟੂ ਮੋਟੀਵੇਟ ਐਂਡ ਨਰਚਰ ਦਾ ਯੰਗ ਮਾਇੰਡਸ ਆਫ ਚਿਲਡਰਨ ਆਫ ਦਾ ਯੂਥ ਆਫ ਦਿਸ ਪਲੇਸ ਸੋ ਦੈਟ ਦੇ ਆਲਸੋ ਡੂ ਦੇ ਪੁੱਟ ਇਨ ਦੇ ਬੈਸਟ ਫੋਰ ਦਾ ਬੈਸਟ ਇੰਟਰਸਟ ਆਫ ਦਿਸ ਨੇਸ਼ਨ। ਜੈ ਹਿੰਦ।
इस वीडियो नू अगे शेयर जरूर करना जी। कृपा करके साडे चैनल नू सब्सक्राइब जरूर कर लो जी। हुण तुसी फास्ट अनयूज पंजाब दी ऐप प्ले स्टोर तो इंस्टॉल करके नवियां अते ताज़ा खबरां पढ़ अते देख सकते हो। धन्यवाद।